ਤੁਸੀਂ ਵੇਖ ਰਹੇ ਹੋ ਝਾਂਜਰ ਤੇ ਐਨਆਰਆਈ ਨਿਊਜ਼ ਬੁਲੇਟਿਨ। ਲੋ ਪੇਸ਼ ਨੇ ਕੁਝ ਖਬਰਾਂ ਸਪੋਰਟਸ ਵਰਲਡ ਤੋਂ। ਜਿੱਤ ਦੇ ਬਾਵਜੂਦ ਸੂਰਿਆ ਕੁਮਾਰ ਯਾਦਵ 'ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ। ਨਿਤਿਸ਼ ਰਾਣਾ ਅਤੇ ਸ਼ੌਕੀਨ ਨੂੰ ਵੀ ਮਿਲੀ ਸਜ਼ਾ। ਮੁੰਬਈ ਇੰਡੀਅਨਜ਼ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੂੰ ਵਾਨਖੇੜੇ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ਼ IPL ਮੈਚ ਦੌਰਾਨ ਟੀਮ ਦੀ ਹੋਲੀ ਓਵਰ ਰੇਟ ਕਾਰਨ ਐਤਵਾਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। IPL ਕੋਡ ਆਫ ਕੰਡਕਟ ਤਹਿਤ ਘੱਟੋ ਘੱਟ ਓਵਰ ਰੇਟ ਦੇ ਨਾਲ ਸੰਬੰਧਿਤ ਇਹ ਟੀਮ ਦਾ ਸੀਜ਼ਨ ਦਾ ਪਹਿਲਾ ਅਪਰਾਧ ਸੀ। ਇਸ ਲਈ ਕਪਤਾਨ ਸੂਰਿਆ ਕੁਮਾਰ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਮੁੰਬਈ ਨੇ ਮੈਚ 5 ਵਿਕਟਾਂ ਦੇ ਨਾਲ ਜਿੱਤਿਆ। ਉੱਥੇ ਹੀ KKR ਦੇ ਕਪਤਾਨ ਨਿਤਿਸ਼ ਰਾਣਾ ਨੂੰ ਮੈਚ ਦੌਰਾਨ IPL ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਦੇ ਲਈ ਮੈਚ ਫੀਸ ਦਾ 25% ਜੁਰਮਾਨਾ ਲਗਾਇਆ ਗਿਆ। ਰਾਣਾ ਨੇ IPL ਕੋਡ ਆਫ ਕੰਡਕਟ ਦੀ ਧਾਰਾ 2.21 ਦੇ ਤਹਿਤ ਲੈਵਲ 1 ਦਾ ਅਪਰਾਧ ਮੰਨਿਆ ਹੈ। ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਰਿਤਿਕ ਸ਼ੌਕੀਨ 'ਤੇ ਲੀਗ ਦੇ ਕੋਡ ਆਫ ਕੰਡਕਟ ਤਹਿਤ ਦੀ ਉਲੰਘਣਾ ਕਰਨ 'ਤੇ 10% ਜੁਰਮਾਨਾ ਲਗਾਇਆ ਗਿਆ ਹੈ। ਇਸ ਮੈਚ ਵਿੱਚ ਭਾਰਤੀ ਘਰੇਲੂ ਕ੍ਰਿਕਟ ਦੇ 2 ਖਿਡਾਰੀਆਂ ਦੀ ਆਪਸੀ ਰੰਜਿਸ਼ ਵੀ ਵੇਖਣ ਨੂੰ ਮਿਲੀ। ਰਾਣਾ ਅਤੇ ਸ਼ੌਕੀਨ ਵਿਚਾਲੇ ਤਿੱਖੀ ਬਹਿਸ ਹੋਈ। ਇਹ ਘਟਨਾ KKR ਦੀ ਪਾਰੀ ਦੇ 9ਵੇਂ ਓਵਰ ਵਿੱਚ ਵਾਪਰੀ, ਜਦੋਂ ਸ਼ੌਕੀਨ ਨੇ ਰਾਣਾ ਨੂੰ ਆਊਟ ਕਰਨ ਤੋਂ ਬਾਅਦ ਉਹਨਾਂ ਨੂੰ ਕੁਝ ਕਿਹਾ। ਰਾਣਾ ਨੇ ਇਸ ਤੋਂ ਬਾਅਦ ਪਲਟ ਕੇ ਸ਼ੌਕੀਨ ਵੱਲ ਵੱਧਦੇ ਹੋਏ ਕੁਝ ਕਿਹਾ। ਮੁੰਬਈ ਇੰਡੀਅਨਜ਼ ਦੇ ਸਟੈਂਡ ਇਨ ਕਪਤਾਨ ਸੂਰਿਆ ਕੁਮਾਰ ਯਾਦਵ ਅਤੇ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਪਿਊਸ਼ ਚਾਵਲਾ ਨੇ ਹਾਲਾਂਕਿ ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਦਖਲ ਦਿੱਤਾ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੇ ਕੀਤਾ IPL 'ਚ ਡੈਬਿਊ। ਮੁੰਬਈ ਨੇ ਨਿਲਾਮੀ 'ਚ 1,00,000 'ਚ ਖਰੀਦਿਆ ਸੀ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ 23 ਸਾਲਾ ਅਰਜੁਨ ਤੇਂਦੁਲਕਰ ਨੇ ਬਹੁਤ ਜ਼ਿਆਦਾ ਉਡੀਕੀ ਜਾ ਰਹੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਡੈਬਿਊ ਕੀਤਾ ਹੈ। ਉਸ ਨੂੰ ਵਾਨਖੇੜੇ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਸ ਦੇ ਖਿਲਾਫ਼ ਅਹਿਮ ਮੈਚ ਵਿੱਚ ਪਹਿਲੀ ਵਾਰ ਮੁੰਬਈ ਇੰਡੀਅਨਜ਼ ਪਲੇਇੰਗ 11 ਵਿੱਚ ਚੁਣਿਆ ਗਿਆ ਹੈ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਉਸ ਨੂੰ MI ਕੈਂਪ ਸੌਂਪੀ ਕਿਉਂਕਿ ਉਸ ਨੇ ਪਲੇਇੰਗ 11 ਵਿੱਚ ਅਰਸ਼ਦ ਖਾਨ ਦੀ ਜਗ੍ਹਾ ਲਈ ਹੈ। ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੂੰ IPL 2022 ਦੀ ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ ਉਸਦੀ 30 ਲੱਖ ਰੁਪਏ ਦੀ ਬੇਸ ਕੀਮਤ 'ਤੇ ਖਰੀਦਿਆ ਸੀ ਅਤੇ IPL 2023 ਦੇ ਲਈ ਬਰਕਰਾਰ ਰੱਖਿਆ ਗਿਆ ਸੀ। ਅਰਜਨ ਨੂੰ ਪਹਿਲੀ ਵਾਰ IPL 2021 ਦੀ ਨਿਲਾਮੀ ਵਿੱਚ ਮੁੰਬਈ ਨੇ 20 ਲੱਖ ਰੁਪਏ ਦੀ ਬੇਸ ਕੀਮਤ 'ਤੇ ਖਰੀਦਿਆ ਸੀ। ਜ਼ਿਕਰਯੋਗ ਹੈ ਕਿ ਅਰਜੁਨ ਸੱਟ ਕਾਰਨ UAE ਵਿੱਚ ਟੂਰਨਾਮੈਂਟ ਦੇ ਦੂਜੇ ਅੱਧ ਦੌਰਾਨ IPL 2021 ਸੀਜ਼ਨ ਤੋਂ ਬਾਹਰ ਹੋ ਗਿਆ ਸੀ। ਉਸਨੇ ਪੂਰੇ ਸੀਜ਼ਨ ਵਿੱਚ 1 ਵੀ ਮੈਚ ਨਹੀਂ ਖੇਡਿਆ। ਅਰਜੁਨ ਨੂੰ ਪਿਛਲੇ ਸਾਲ ਦਸੰਬਰ ਵਿੱਚ ਮੁੰਬਈ ਦੀ ਸ਼ੁਰੂਆਤੀ ਰਣਜੀ ਟਰਾਫੀ ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ ਕਿਉਂਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੂੰ ਪ੍ਰਿਥਵੀ ਸ਼ਾਹ ਦੀ ਅਗਵਾਈ ਵਾਲੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਰੂਬਲੇਵ ਅਤੇ ਰੂਨੇ ਮੋਂਟੋ ਕਾਰਲੋ ਮਾਸਟਰਸ ਦੇ ਫਾਈਨਲ ਵਿੱਚ 5ਵਾਂ ਦਰਜਾ ਪ੍ਰਾਪਤ ਆਂਦਰੇ ਰੂਬਲੇਵ ਨੇ ਮੀਂਹ ਨਾਲ ਪ੍ਰਭਾਵਿਤ ਸੈਮੀਫਾਈਨਲ ਵਿੱਚ ਅਮਰੀਕਾ ਦੇ 8ਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਸ ਨੂੰ 5-7, 6-1, 6-3 ਨਾਲ ਹਰਾ ਕੇ ਦੂਜੀ ਵਾਰ ਮੋਂਟੋ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ। 2 ਸਾਲ ਪਹਿਲਾਂ ਇੱਥੇ ਫਾਈਨਲ ਦੇ ਵਿੱਚ ਹਾਰ ਚੱਲਣ ਵਾਲੇ ਰੂਸ ਦੇ ਰੂਬਲੇਵ ਫਾਈਨਲ 'ਚ 6ਵਾਂ ਦਰਜਾ ਪ੍ਰਾਪਤ ਡੈਨਮਾਰਕ ਦੇ ਡੇਨ ਹੋਲਗਰ ਰੂਨੇ ਦੇ ਨਾਲ ਭਿੜਨਗੇ। ਜੇਕਰ ਰੂਬਲੇਵ ਜਿੱਤਦਾ ਹੈ ਤਾਂ ਉਹ ਉਸਦੇ ਕਰੀਅਰ ਦਾ 13ਵਾਂ ਅਤੇ ਮਾਸਟਰਸ ਪੱਧਰ ਦਾ ਪਹਿਲਾ ਖਿਤਾਬ ਹੋਵੇਗਾ। ਰੂਨੇ ਨੇ ਹੀ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਵਿਸ਼ਵ ਦੇ 7ਵੇਂ ਨੰਬਰ ਦੇ ਖਿਡਾਰੀ ਇਟਲੀ ਦੇ ਯੋਨਿਕ ਸਿਨਰ ਨੂੰ 1-6, 7-5, 7-5 ਨਾਲ ਹਰਾ ਕੇ ਜਿੱਤ ਦਰਜ ਕੀਤੀ।